ਸੀਗਾ ਕਿ ਸਮਾਰਟ ਸੀਡਰ ਜਾਂ ਹੈਪੀ ਸੀਡਰ ਕਾਮਯਾਬ ਨਹੀਂ ਹੈ। ਆ ਵਿੱਚ ਜਿਹੜੀ ਪਰਾਲੀ ਹੈ ਸਾਰਾ ਪਰਾਲ ਉਦਾਂ ਹੀ ਵਿੱਚ ਪਿਆ। ਤਿਉਂ ਤਿਉਂ ਮੰਨ ਕੇ ਚੱਲੋ ਇਹਦੇ ਵਿੱਚ ਜਿੰਨੇ ਵੀ ਪੋਸ਼ਕ ਤੱਤ ਨੇ ਸਾਰੇ ਕਣਕ ਨੂੰ ਲੱਗਣੇ ਨੇ। ਇਹਦੇ 'ਚ ਕੁਆੜ ਦੀ ਜਿਵੇਂ ਗੁੱਲੀ ਡੰਡਾ ਜਾਂ ਖਪਤ ਪਤਾਰ ਜਿੰਨੇ ਵੀ ਨਦੀਨ ਨੇ ਸਾਰੇ ਬਹੁਤ ਘੱਟ ਹੋਏ ਨੇ। ਲੱਗ ਜੀ ਰੱਬ ਮਿਲੇ ਨਾ ਮਿਲੇ ਪਰ ਮਿਹਨਤ ਦਾ ਫਲ ਜ਼ਰੂਰ ਮਿਲਦਾ। ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਧਰਮਿੰਦਰ ਸਿੰਘ, ਪਿੰਡ ਮੱਠੀ, ਖੇੜਾ ਬਲਾਕ, ਜ਼ਿਲ੍ਹਾ ਫਤਿਹਗੜ੍ਹ ਸਾਹਿਬ। ਤਕਰੀਬਨ ਖਾਸੇ ਲੋਕਾਂ ਦਾ ਮਨ ਦਾ ਬਲਬਲਾ ਸੀਗਾ ਕਿ ਸਮਾਰਟ ਸੀਡਰ ਜਾਂ ਹੈਪੀ ਸੀਡਰ ਕਾਮਯਾਬ ਨਹੀਂ ਹੈ। ਅੱਜ ਅਸੀਂ ਚੀਜ਼ ਛੋਟੀ ਜਿਹੀ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਜ਼ਿਮੀਂਦਾਰ ਭਰਾਵਾਂ ਨੂੰ ਕਿ ਤਕਰੀਬਨ 28 ਅਕਤੂਬਰ ਨੂੰ ਸਮਾਰਟ ਸੀਡਰ ਨਾਲ ਕਣਕ ਬੀਜੀ ਸੀ। ਇਹ ਪਹਿਲਾਂ ਪਾਣੀ ਲੱਗ ਗਿਆ, ਇੱਕ ਖਾਦ ਪੈ ਗਈ ਯੂਰੀਏ ਦੀ, ਅੱਜ ਦੂਜੀ ਡੋਜ਼ ਦਿੱਤੀ ਆ। ਸਾਰੇ ਕਿਸਾਨ ਵੀਰ ਭਰਾ ਜਾਂ ਬੰਦੇ ਦੇਖ ਸਕਦੇ ਹੋ ਕਿ ਕਣਕ ਦੀ ਗਰੋਥ ਦੇਖ ਲੈਣ। ਆਹ ਵਿੱਚ ਜਿਹੜੀ ਪਰਾਲੀ ਹੈ ਸਾਰਾ ਪਰਾਲ ਉਦਾਂ ਹੀ ਵਿੱਚ ਪਿਆ ਅਤੇ ਇਹਦੇ 'ਚ ਕੁਆੜ ਦੀ ਜਿਵੇਂ ਗੁੱਲੀ ਡੰਡਾ ਜਾਂ ਖਪਤ ਪਤਾਰ ਜਿੰਨੇ ਵੀ ਨਦੀਨ ਨੇ ਸਾਰੇ ਬਹੁਤ ਘੱਟ ਹੋਏ ਨੇ ਅਜੇ ਤੱਕ। ਅਤੇ ਅੱਜ ਮੌਸਮ ਵੀ ਖਰਾਬ, ਇੰਦਰ ਦੇਵਤਾ ਵੀ ਬਲਵਾਨ ਹੋਏ ਨੇ ਅਤੇ ਇਹਦੇ ਕਰਕੇ ਅਜੇ ਤੱਕ ਸਾਡੀ ਕਣਕ ਪੀਲੀ ਨਹੀਂ ਪਈ। ਕਈਆਂ ਦੇ ਮਨ ਦਾ ਵਹਿਮ ਸੀ ਜ਼ਿਮੀਂਦਾਰਾਂ ਦਾ ਕਿ ਹੈਪੀ ਸੀਡ ਜਾਂ ਸਮਾਰਟ ਸੀਡ ਨਾਲ ਬੀਜਣ ਨਾਲ ਕਣਕ ਪੀਲੀ ਪੈ ਜਾਂਦੀ ਹੈ, ਪਰਾਲ ਇੰਜ ਕਰ ਦਿੰਦਾ, ਉਂਝ ਕਰ ਦਿੰਦਾ। ਅਜੇ ਤੱਕ ਸਾਡਾ ਤਾਂ ਕੋਈ ਇੱਦਾਂ ਦਾ ਹੋਇਆ ਨਹੀਂ, ਕਾਫੀ ਸਾਲਾਂ ਤੋਂ ਅਸੀਂ ਕਰਦੇ ਹਾਂ। ਬਾਕੀ ਕੁਝ ਸਿਆਣੇ ਬੰਦਿਆਂ ਦੀਆਂ ਗੱਲਾਂ ਵੀ ਨੇ, ਰੱਬ ਨੂੰ ਧਿਆਉਣ ਲੱਗ ਜੀ ਰੱਬ ਮਿਲੇ ਨਾ ਮਿਲੇ ਪਰ ਮਿਹਨਤ ਦਾ ਫਲ ਜ਼ਰੂਰ ਮਿਲਦਾ। ਜੇ ਬੰਦਾ ਸਿੱਧੀ ਢੰਗ ਨਾਲ ਨੀਅਤ ਸਿੱਧੀ ਰੱਖ ਕੇ ਮਿਹਨਤ ਕਰਦਾ ਉਹਦਾ ਫਲ ਵੀ ਜ਼ਰੂਰ ਮਿਲਦਾ। ਅਤੇ ਬਾਕੀ ਕਿਸਾਨ ਵੀਰਾਂ ਨੂੰ ਬੇਨਤੀ ਹੋਈ ਇਹ ਹੁੰਦੀ ਹੈ ਕਿ ਕੋਈ ਵੀ ਕੰਮ ਹੈ ਨਵਾਂ, ਜਿਹੜੇ ਵੀ ਕੋਈ ਐਕਸਪੈਰੀਮੈਂਟ ਨੇ, ਯੂਨੀਵਰਸਿਟੀ ਵਾਲੇ, ਖੇਤੀਬਾੜੀ ਵਿਭਾਗ ਵਾਲੇ, ਡਾਕਟਰ ਵਾਲੇ, ਕਾਫੀ ਟ੍ਰਾਇਲ ਤਜਰਬਿਆਂ ਤੋਂ ਬਾਅਦ ਚੀਜ਼ਾਂ ਨਿਕਲ ਕੇ ਅੱਗੇ ਆਉਂਦੀਆਂ ਨੇ। ਤਾਂ ਕਰਕੇ ਜੇ ਉਹਨਾਂ ਕੋਲ ਕੋਈ ਸਕਸੈਸ ਹੁੰਦੀ ਹੈ ਚੀਜ਼ ਤਾਂ ਹੀ ਸਾਡੇ ਤੱਕ ਲੈ ਕੇ ਆਉਂਦੇ ਨੇ। ਅਸੀਂ ਨਹੀਂ ਕਹਿੰਦੇ ਕਿ ਲੋਕਾਂ ਨੂੰ, ਜ਼ਿਮੀਂਦਾਰ ਭਰਾਵਾਂ ਨੂੰ ਵੱਡੇ ਲੈਵਲ 'ਤੇ ਕੰਮ ਕਰਨਾ ਚਾਹੀਦਾ, ਘੱਟੋ ਘੱਟ ਛੋਟੇ ਲੈਵਲ 'ਤੇ ਇੱਕ ਇੱਕ ਏਕੜ ਤੋਂ, ਅੱਧੇ ਏਕੜ ਤੋਂ ਸਟਾਰਟਿੰਗ ਕਰ ਲੈਣ ਤਾਂ ਜੋ ਪਤਾ ਲੱਗ ਜਾਵੇ। ਜੇ ਆਪਾਂ ਗੱਠਾਂ ਬੰਨ ਕੇ ਪਰਾਲੀ ਵੀ ਚੁਕਾ ਦਿੰਦੇ ਹਾਂ ਤਾਂ ਸਾਰੇ ਕੀਮਤੀ ਤੱਤ ਜਿੰਨੇ ਵੀ ਸਾਡੀ ਖੁਰਾਕੀ ਤੱਤ ਨੇ ਸਭ ਕੁਝ ਹੋ ਜਾਂਦਾ। ਹੁਣ ਜਿਉਂ ਜਿਉਂ ਇਸ ਪਰਾਲੀ ਨੇ ਇਹਨੂੰ ਵਿੱਚ ਗਲਣਾ, ਤਿਉਂ ਤਿਉਂ ਮੰਨ ਕੇ ਚੱਲੋ ਇਹਦੇ ਵਿੱਚ ਜਿੰਨੇ ਵੀ ਪੋਸ਼ਕ ਤੱਤ ਨੇ ਸਾਰੇ ਕਣਕ ਨੂੰ ਲੱਗਣੇ ਨੇ। ਸੋ ਕਿਸਾਨ ਵੀਰ ਭਰਾਵਾਂ ਨੂੰ ਬੇਨਤੀ ਹੈ ਕਿ ਕੋਸ਼ਿਸ਼ ਕਰਿਆ ਕਰੋ, ਪਰਾਲੀ ਨੂੰ ਖੇਤ ਦੀ ਨੂੰ ਖੇਤ ਦੇ ਵਿੱਚ ਰੱਖੋ, ਗੱਠਾਂ ਬੰਨ ਕੇ ਨਾ ਚੁਕਾਇਆ ਕਰੋ। ਐਵੇਂ ਆਪਣਾ ਕਾਫੀ ਕੀਮਤੀ ਪਦਾਰਥ ਨੇ, ਤੱਤ ਨੇ ਜਿਹੜੇ ਚੁੱਕ ਕੇ ਬਾਹਰ ਚਲੇ ਜਾਂਦੇ ਨੇ, ਉਨੀ ਸਾਡੇ ਕੋਲ ਖੁਰਾਕ ਨਹੀਂ ਪੈਂਦੀ, ਧਰਤੀ ਦੀ ਉਪਜਾਊ ਸ਼ਕਤੀ ਘੱਟਦੀ ਹੈ। ਤੋ ਇਹਨਾਂ ਕੋ ਕਹਿੰਦਾ ਹੋਇਆ ਖੀਮਾ ਦਾ ਜਾਚਕਾਂ, ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।